ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਪਨੀਰ ਤੇ ਪ੍ਰਕਾਸ਼ਮਈ ਜੋਤ ਦੀ ਹਜ਼ੂਰੀ ਦੇ ਵਿੱਚ ਜਗਤ ਦੇ ਬਾਲੀ ਕੌਮ ਦੇ ਰਹਿਬਰ ਸੱਚੀ ਤੇ ਸੁੱਚੀ ਕਿਰਤ ਦੇ ਮਾਲਿਕ ਸੱਚ ਤੇ ਬਰਾਬਰਤਾ ਦਾ ਹੋਕਾ ਦੇਣ ਵਾਲੇ ਵਕਤ ਦੇ ਧਰਮੀ ਠੇਕੇਦਾਰਾਂ ਤੋਂ ਧਰਮ ਨੂੰ ਬਚਾਉਣ ਵਾਲੇ ਤੇ ਅੱਜ ਦੇ ਠੇਕੇਦਾਰਾਂ ਨੂੰ ਉਪਦੇਸ਼ ਦੇਣ ਵਾਲੇ ਸਹਿਬ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 636ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਜੁੜ ਬੈਠੀ ਗੁਰੂ ਰੂਪੀ ਗੁਰੂ ਸਵਾਰੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਫਤਿਹ ਦਾ ਜਵਾਬ ਫਤਿਹ 'ਚ ਬਖਸ਼ਣਾ ਕਿਉਂਕਿ ਗੁਰੂ ਸਾਹਿਬਾਂ ਦਾ ਫਰਮਾਨ ਹੈ ਜਿਹਦੀ ਗੱਲ 'ਚ ਫਤਿਹ ਉਹਦੇ ਹਰ ਹੱਲ 'ਚ ਫਤਿਹ ਜਿਹਦੀ ਅੱਜ ਫਤਿਹ ਉਹਦੀ ਕੱਲ੍ਹ ਵੀ ਫਤਿਹ ਜਿਹੜੇ ਕਰਦੇ ਨੇ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੂੰ ਗੁਰਾਂ ਨੇ ਬਖਸ਼ੀਏ ਹਰਮਦਾਨ ਫਤਿਹ ਸੋ ਬਲਾਓ ਗੱਜ ਵੱਜ ਕੇ ਫਤਿਹ ਕਰੋ ਰਸਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੁੱਚੀ ਲਗਾਈ ਨੂੰ ਸਮੁੱਚੀ ਸਾਧ ਸੰਗਤ ਨੂੰ ਮਹਾਰਾਜ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਅੱਜ ਇੱਥੇ ਵਿਚਾਰਾਂ ਦੀ ਸਾਂਝ ਪੈਂਦੀ ਹੈ ਪੈ ਰਹੀ ਹੈ ਕੀਰਤਨ ਦਰਬਾਰ ਸਜੇ ਨੇ ਅੱਜ ਇਹਨਾਂ ਕੀਰਤਨ ਦਰਬਾਰ ਦੇ ਵਿੱਚ ਵਿਸ਼ੇਸ਼ ਦੀਵਾਨਾਂ ਦੇ ਵਿੱਚ ਕਵਿਤਾ ਦੇ ਰੂਪ 'ਚ ਆਪਣੀ ਸਾਂਝ ਪਾਉਣ ਜਾ ਰਿਹਾ ਹਾਂ ਕਵਿਤਾ ਦਾ ਸਿਰਲੇਖ ਹੈ ਉਨਵਾਨ ਹੈ ਸਾਂਝਾ ਦਾ ਹੋਕਾ ਸੋ ਪੇਸ਼ ਹੈ ਸਾਂਝਾ ਦਾ ਹੋਕਾ ਵੱਖੋ ਵੱਖਰੇ ਨਿਸ਼ਾਨ ਬਣਾ ਲੈ ਵੱਖੋ ਵੱਖਰੇ ਨਿਸ਼ਾਨ ਬਣਾ ਲੈ ਧਰਮਾਂ ਦੇ ਅਸਥਾਨ ਬਣਾ ਲੈ ਓਏ ਹੁਣ ਤਾਂ ਕੋਈ ਅੰਗਰੇਜ਼ ਨਹੀਂ ਸੀ ਫਿਰ ਕਿਸਨੇ ਵੰਡ ਕਾਣੀ ਵੰਡੀ ਸਾਂਝਾ ਦਾ ਹੋਕਾ ਦਿੰਦੀ ਕਿਉਂ ਗੁਰੂਆਂ ਦੀ ਬਾਣੀ ਵੰਡੀ ਵੱਖੋ ਵੱਖਰੇ ਨਿਸ਼ਾਨ ਬਣਾ ਲੈ ਧਰਮਾਂ ਦੇ ਅਸਥਾਨ ਬਣਾ ਲੈ ਓਏ ਹੁਣ ਤਾਂ ਕੋਈ ਅੰਗਰੇਜ਼ ਨਹੀਂ ਸੀ ਫਿਰ ਕਿਸਨੇ ਵੰਡ ਕਾਣੀ ਵੰਡੀ ਸਾਂਝਾ ਦਾ ਹੋਕਾ ਦਿੰਦੀ ਕਿਉਂ ਗੁਰੂਆਂ ਦੀ ਬਾਣੀ ਵੰਡੀ ਕਿਉਂਕਿ ਗੁਰੂ ਮਹਾਰਾਜ ਨੇ ਬਹੁਤ ਹੀ ਸੁੰਦਰ ਉਪਦੇਸ਼ ਦਿੱਤਾ ਹੈ ਸਾਨੂੰ ਸਭੇ ਸਾਂਝੀ ਵਾਲਸ ਦੈਣ ਕੋਈ ਨਾ ਦਿਸੇ ਬਾਹਰਾ ਜੀਓ ਮਾਨਸ ਕੀ ਜਾਤ ਸਭੇ ਏਕੇ ਪਹਿਚਾਣੋ ਉਪਦੇਸ਼ ਚੌਂ ਵਰਨਾ ਕੋ ਸਾਂਝਾ ਸੋ ਮਹਾਰਾਜ ਦਾ ਉਪਦੇਸ਼ ਚੌਂ ਵਰਨਾ ਨੂੰ ਸਾਂਝਾ ਗੱਲ ਨੂੰ ਅੱਗੇ ਤੋਰਦਾ ਹੈ ਕਹਿੰਦਾ ਜਦ ਰੱਬ ਕੁੱਲੀਆਂ ਵਿੱਚ ਰਹਿੰਦਾ ਸੀ ਜਦੋਂ ਰੱਬ ਕੁੱਲੀਆਂ ਵਿੱਚ ਰਹਿੰਦਾ ਸੀ ਉਦੋਂ ਹਰ ਕੋਈ ਉਸਨੂੰ ਲੱਭ ਲੈਂਦਾ ਸੀ ਅੱਜ ਕੱਲ੍ਹ ਕੀ ਬਾਤਾਂ ਕਰਦੇ ਹੋ ਮੰਦਰ ਬਣ ਗਏ ਮਹਿਲ ਮਨਾਰੇ ਮਨ ਕੱਚੇ ਦੇ ਕੱਚੇ ਰਹਿ ਗਏ ਪੱਕੇ ਬਣ ਗਏ ਗੁਰਦੁਆਰੇ ਜਦ ਰੱਬ ਕੁੱਲੀਆਂ ਵਿੱਚ ਰਹਿੰਦਾ ਸੀ ਹਰ ਕੋਈ ਉਸਨੂੰ ਲੱਭ ਲੈਂਦਾ ਸੀ ਅੱਜ ਕੱਲ੍ਹ ਕੀ ਬਾਤਾਂ ਕਰਦੇ ਹੋ ਮੰਦਰ ਬਣ ਗਏ ਮਹਿਲ ਮਨਾਰੇ ਮਨ ਕੱਚੇ ਦੇ ਕੱਚੇ ਰਹਿ ਗਏ ਪੱਕੇ ਬਣ ਗਏ ਗੁਰਦੁਆਰੇ ਤੇ ਥਾਂ ਥਾਂ ਮੰਜੀਆਂ ਡਾਹ ਕੇ ਬਹਿ ਗਏ ਥਾਂ ਥਾਂ ਮੰਜੀਆਂ ਡਾਹ ਕੇ ਬਹਿ ਗਏ ਚੋਲੇ ਪਾ ਕੇ ਕਈ ਪਖੰਡੀ ਉਹ ਪੁੱਛੋ ਇਹਨਾਂ ਨੂੰ ਹਿੰਮਤ ਕਰਕੇ ਸਾਂਝਾਂ ਦਾ ਜੋ ਹੋਕਾ ਦਿੰਦੀ ਕਿਉਂ ਗੁਰੂਆਂ ਦੀ ਬਾਣੀ ਵੰਡੀ ਜਾਤਾਂ ਦੇ ਝਗੜੇ ਵਿੱਚ ਪੈ ਗਏ ਜਾਤਾਂ ਦੇ ਝਗੜੇ ਵਿੱਚ ਪੈ ਗਏ ਜਿੱਥੋਂ ਤੁਰੇ ਸੀ ਅੱਜ ਉੱਥੇ ਰਹਿ ਗਏ ਜਾਤਾਂ ਦੇ ਝਗੜੇ ਵਿੱਚ ਪੈ ਗਏ ਜਿੱਥੇ ਤੁਰੇ ਸੀ ਅੱਜ ਉੱਥੇ ਬਹਿ ਗਏ ਗੁਰੂ ਮਹਾਰਾਜ ਨੇ ਬਹੁਤ ਹੀ ਸੁੰਦਰ ਬਾਣੀ ਉਚਾਰੀ ਹੈ ਸਾਹਮਣੇ ਹਾਜ਼ਰ ਹੈ ਕਹਿੰਦਾ ਮੇਰੀ ਜਾਤ ਕਮੀਨੀ ਗੁਰੂ ਮਹਾਰਾਜ ਫਰਮਾਉਂਦੇ ਨੇ ਮੇਰੀ ਜਾਤ ਕਮੀਨੀ ਮੇਰੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚ ਮਾਰਾ ਪਰ ਸਾਡੀ ਸਮਝ ਨਹੀਂ ਆਈ ਗੱਲ ਨੂੰ ਅੱਗੇ ਤੋਰਦਾ ਕਹਿੰਦਾ ਜਾਤਾਂ ਦੇ ਝਗੜੇ ਵਿੱਚ ਪੈ ਗਏ ਜਿੱਥੋਂ ਤੁਰੇ ਸੀ ਉੱਥੇ ਰਹਿ ਗਏ ਚੰਨ ਤੇ ਅਸਾਂ ਨੇ ਕੀ ਜਾਣਾ ਏ ਚੰਨ ਤੇ ਅਸਾਂ ਨੇ ਕੀ ਜਾਣਾ ਏ ਕੀ ਚੰਨ ਚਾੜੇ ਬਹੁਤ ਤਰੱਕੀਆਂ ਓਏ ਅਹੁਦੇ ਉੱਚੇ ਉੱਚੇ ਲੈ ਲੈ ਬਿਜ਼ਨਸ ਵੱਡੇ ਵੱਡੇ ਲੈ ਲੈ ਪਰ ਸੋਚਾਂ ਨੇ ਨੀਵੀਆਂ ਰੱਖੀਆਂ ਉਹ ਛੱਡੋ ਮੈਂ ਬਾਣੀ ਪੜ੍ਹ ਲਓ ਛੱਡੋ ਮੈਂ ਬਾਣੀ ਪੜ੍ਹ ਲਓ ਬਹੁਤੀ ਹਿੰਡ ਨਹੀਂ ਹੁੰਦੀ ਚੰਗੀ ਕੌਮ ਦੇ ਵਿੱਚ ਵੀ ਪਈਆਂ ਵੰਡੀਆਂ ਜਦ ਤੋਂ ਬਾਣੀ ਗੁਰਾਂ ਦੀ ਵੰਡੀ ਛੱਡੋ ਮੈਂ ਬਾਣੀ ਪੜ੍ਹ ਲਓ ਬਹੁਤੀ ਹਿੰਡ ਨਹੀਂ ਹੁੰਦੀ ਚੰਗੀ ਕੌਮ ਦੇ ਵਿੱਚ ਵੀ ਪਈਆਂ ਵੰਡੀਆਂ ਜਦ ਤੋਂ ਬਾਣੀ ਗੁਰਾਂ ਦੀ ਵੰਡੀ ਨਾ ਸਿਮਰਨ ਨਾ ਸੇਵਾ ਕੀਤੀ ਨਾ ਸਿਮਰਨ ਨਾ ਸੇਵਾ ਕੀਤੀ ਨਾ ਨਾਮ ਕੁਮਾਰੀ ਬਾਬੇ ਨਾਨਕ ਦੀ ਪੀਤੀ ਨਾ ਸਿਮਰਨ ਨਾ ਸੇਵਾ ਕੀਤੀ ਨਾ ਨਾਮ ਕੁਮਾਰੀ ਬਾਬੇ ਨਾਨਕ ਦੀ ਪੀਤੀ ਚੌਧਰਾਂ ਦੇ ਵਿੱਚ ਜ਼ਿੰਦਗੀ ਬੀਤੀ ਮਨ ਵਿੱਚ ਰਹਿ ਕੇ ਭਰੀ ਪਲੀਤੀ ਬੇਗਮਪੁਰਾ ਸਾਡੇ ਸਮਝ ਨਹੀਂ ਆਇਆ ਗੱਲ ਬੇਗਮਪੁਰੇ ਦੀ ਬੇਗਮਪੁਰਾ ਸਾਡੇ ਸਮਝ ਨਹੀਂ ਆਇਆ ਕੀ ਗੁਰੂਆਂ ਨੇ ਸੀ ਸਮਝਾਇਆ ਬੇਗਮਪੁਰਾ ਸਾਡੇ ਸਮਝ ਨਹੀਂ ਆਇਆ ਕੀ ਗੁਰੂਆਂ ਨੇ ਸੀ ਸਮਝਾਇਆ ਆਹ ਲੱਲੀ ਛੱਲੀ ਗਾਉਂਦੇ ਫਿਰਦੇ ਆ ਲੱਲੀ ਛੱਲੀ ਗਾਉਂਦੇ ਫਿਰਦੇ ਲਿਖਦੇ ਫਿਰਦੇ ਬੇਗਮਪੁਰਾ ਵਸਾਉਂਦੇ ਫਿਰਦੇ ਉਹ ਬੇਗਮਪੁਰਾ ਕੋਈ ਸ਼ਹਿਰ ਨਹੀਂ ਹੈ ਨਾ ਪੱਥਰਾਂ ਦਾ ਕੋਈ ਗ੍ਰਾਂ ਨਾ ਬੇਗਮਪੁਰਾ ਕਿਸੇ ਦੇ ਲਈ ਵੱਖਰੇ ਰਹਿਣ ਲਈ ਵੱਖਰੀ ਕਾਂ ਜੇ ਬੇਗਮਪੁਰੇ ਦੇ ਬਣਨਾ ਬਾਸੀ ਚੜ੍ਹਨੀ ਪੈਣੀ ਉੱਚੀ ਘਾਟੀ ਜੇ ਬੇਗਮਪੁਰੇ ਦੇ ਬਣਨਾ ਬਾਸੀ ਚੜ੍ਹਨੀ ਪੈਣੀ ਉੱਚੀ ਘਾਟੀ ਪੁਰਸ ਲਾਤਕਾ ਪੰਥ ਦੇਹਲਾ ਸੰਗ ਨਾ ਸਾਥੀ ਗਵਨ ਅਕੇਲਾ ਓਏ ਗੁਰੂਆਂ ਦੇ ਉਪਦੇਸ਼ ਪਛਾਣੋ
ਉਹ ਮੂਰਖੋ ਗੁਰੂਆਂ ਦੇ ਉਪਦੇਸ਼ ਪਛਾਣੋ ਕਿਉਂਕਿ ਗੁਰੂ ਮਹਾਰਾਜ ਦਾ ਫਰਮਾਨ ਹੈ। ਮੇਰਾ ਵੀਰ ਜਗਤ ਜੋਗੀ ਲਿਖਦਾ ਹੈ ਬਹੁਤ ਹੀ ਸੁੰਦਰ ਲਾਈਨਾਂ ਲਿਖਦਾ ਹੈ, ਏਕਾ ਕੁੱਲੀ ਨੂੰ ਮਹਿਲ ਬਣਾ ਦਿੰਦਾ ਫੁੱਟ ਢਾ ਦਿੰਦੀ ਹੈ ਚਵਾਰਿਆਂ ਨੂੰ, ਉਹ ਜੇ ਦੋ ਚੱਪੂਆਂ ਵਿੱਚ ਹੋਵੇ ਏਕਾ ਕਿਸ਼ਤੀ ਚੁੰਮ ਲੈਂਦੀ ਹੈ ਕਿਨਾਰਿਆਂ ਨੂੰ। ਏਕਾ ਕੁੱਲੀ ਨੂੰ ਮਹਿਲ ਬਣਾ ਦਿੰਦਾ ਫੁੱਟ ਢਾ ਦਿੰਦੀ ਹੈ ਚਵਾਰਿਆਂ ਨੂੰ, ਜੇਕਰ ਦੋ ਚੱਪੂਆਂ ਵਿੱਚ ਹੋਵੇ ਏਕਾ ਕਿਸ਼ਤੀ ਚੁੰਮ ਲੈਂਦੀ ਹੈ ਕਿਨਾਰਿਆਂ ਨੂੰ। ਉਹ ਗੁਰੂਆਂ ਦੇ ਉਪਦੇਸ਼ ਪਛਾਣੋ, ਉਹ ਭਲਿਓ ਮਾਨਸੋ ਗੁਰੂਆਂ ਦੇ ਉਪਦੇਸ਼ ਪਛਾਣੋ ਕਾਇਮ ਕਰੋ ਹੁਣ ਭਾਈਚਾਰੇ, ਗੁਰੂਆਂ ਦੇ ਉਪਦੇਸ਼ ਪਛਾਣੋ ਕਾਇਮ ਕਰੋ ਹੁਣ ਭਾਈਚਾਰੇ, ਬੇਗਮਪੁਰੇ ਦੇ ਵਾਸੀ ਬਣ ਜਾਓ ਦਿਲ ਚ ਸਾਰੋ ਗੁਰੂ ਦੁਆਰੇ, ਬੇਗਮਪੁਰੇ ਦੇ ਵਾਸੀ ਬਣ ਜਾਓ ਦਿਲ ਚ ਸਾਰੋ ਗੁਰੂ ਦੁਆਰੇ। ਚੰਨ ਤੇ ਥੁੱਕਿਆ ਮੂੰਹ ਤੇ ਪੈਂਦਾ, ਚੰਨ ਤੇ ਥੁੱਕਿਆ ਮੂੰਹ ਤੇ ਪੈਂਦਾ ਬਹੁਤੀ ਆਤ ਨਹੀਂ ਹੁੰਦੀ ਚੰਗੀ, ਚੰਨ ਤੇ ਥੁੱਕਿਆ ਮੂੰਹ ਤੇ ਪੈਂਦਾ ਬਹੁਤੀ ਆਤ ਨਹੀਂ ਹੁੰਦੀ ਚੰਗੀ। ਆਓ ਇੱਕ ਮਿਕ ਹੋਈਏ ਸਾਰੇ, ਇੱਕ ਹੀ ਰੱਖੀਏ ਬਾਣੀ ਵੰਡੀ, ਇੱਕ ਹੀ ਰੱਖੀਏ ਬਾਣੀ ਵੰਡੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਖਿਆਂ ਦਾ ਦਰਜ ਖਾਂ ਇੱਕ ਵਾਰ, ਇਹਨਾਂ ਹੀ ਸ਼ਬਦਾਂ ਦੇ ਨਾਲ ਖਿਆਂ ਦਾ ਦਰਜ ਖਾਂ ਇੱਕ ਵਾਰ ਫਿਰ ਸਮੁੱਚੀ ਸਾਧ ਸੰਗਤ ਨੂੰ ਮੇਰੇ ਵੱਲੋਂ ਤੇ ਮੇਰੇ ਪ੍ਰੇਰਨਾ ਸਰੂਪ ਫਾਦਰ ਇਹਨਾਂ ਸਾਹਿਬ ਸ਼੍ਰੀ ਸੁਰਿੰਦਰ ਕੁਮਾਰ ਪਾਲ ਜੀ ਵੱਲੋਂ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।